ਤੁਹਾਨੂੰ ਪਤਾ ਲੱਗਿਆ ਕਿ ਨਿਗਾਹਾਂ ਇਸ ਚੀਜ਼ ਦੇ ਯਕੀਨ ਕਦੋਂ ਸੁਣੋ ਅਤੇ ਸੁਣੋ ਮਿਲੇਗਾ ਕਿ ਫਤਿਹ ਵੀਰ ਇਹ ਸਹੀ ਸਲਾਮਤ ਹੈ ਅਤੇ ਉਹ ਸਾਰਿਆਂ ਦੇ ਵਿੱਚ ਇਸ ਮੌਜੂਦ ਹੈ, ਗਿਣਤੀ ਦੇ ਵਿੱਚ ਕਾਂਤਾ ਲੱਗਿਆ ਹੋਇਆ ਹੈ। ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਰਾਹਤ ਕਾਰਜਾਂ ਦਾ ਕੰਮ ਚੱਲ ਰਿਹਾ, ਲੋਕ ਰੱਖਣਾ ਕਿਸ ਤਰ੍ਹਾਂ ਨੇ। ਇਸ ਨਾਲ ਬਾਲਟੀ ਵਾਲੀ ਕੱਢੀ ਜਾਂਦੀ ਹੈ, ਵਿਅਕਤੀ 100 ਫੁੱਟ ਦੇ ਅੰਦਰ ਪੈਰ ਦੇ ਅੰਦਰ ਗਿਆ ਹੋਇਆ, ਜੋ ਆਪਣੇ ਹੱਥ ਨਾਲ ਮਿੱਟੀ ਉੱਠ ਕੇ ਬਾਲਟੀ ਵਿੱਚ ਭਰਦਾ ਅਤੇ ਉਹ ਬਾਲਟੀ ਬੰਦ ਨੇ ਪੂਰੇ ਸੁਰੱਖਿਅਤ ਦੇ ਮੁਸਤੈਦ ਨੇ ਪੂਰਾ ਲਾਈਨ ਅਪ ਨੇ ਹੋਸਪਿਟਲ ਅਗਰ ਪੁੱਛੀ ਇਹ ਲਿਫਟ ਕਰਕੇ ਵੀ ਦੂਰ ਵੀ ਲਿਜਾਣਾ ਪੈਣਾ। ਪੰਜਾਬ ਜਿਹੜੀ ਪ੍ਰਸ਼ਾਸਨ ਹੈ, ਪੰਜਾਬ ਸਰਕਾਰ ਹੈ, ਉਹਨਾਂ ਦੇ ਮੰਤਰੀ ਨੇ ਵਿਜੇਂਦਰ ਸਿੰਗਲਾ ਹੈ, ਉਹਨਾਂ ਨੇ ਕੱਲ੍ਹ ਕੁਆਸ਼ਨ ਦਿੱਤਾ ਸੀ ਪੰਜਾਬ ਸਰਕਾਰ ਕੀਤਾ ਜਾਏਗਾ ਅਤੇ ਇਸ ਵੇਲੇ ਹਰ ਕੋਈ ਬੰਦਾ ਇਹੀ ਅਰਦਾਸ ਕਰ ਰਿਹਾ ਹੈ। ਇੱਥੇ ਅਨੁਸਾਰ ਬਹੁਤ ਜ਼ਿਆਦਾ ਇਕੱਠ ਹੈ ਲੋਕਾਂ ਦਾ, ਸਾਰਿਆਂ ਦਾ ਇੱਕੋ ਹੀ ਕਹਿਣਾ ਹੈ ਕਿ ਇੱਕੋ ਹੀ ਸਾਰੇ ਅਰਦਾਸ ਕਰ ਰਹੇ ਨੇ ਸਾਰੇ ਕਿਸੇ ਤਰ੍ਹਾਂ ਤੁਸੀਂ ਬਾਹਰ ਆ ਜਾਵੇ ਅਤੇ ਉਹ ਸਹੀ ਸਲਾਮਤ ਹੋਵੇ। ਬਾਕੀ ਟੀਮਾਂ ਨਾਲ ਅਸੀਂ ਬਾਰ ਬਾਰ ਗੱਲ ਕੀਤੀ ਹੈ, ਉਹਨਾਂ ਦਾ ਕਹਿਣਾ ਹੈ ਕਿ ਬੱਚਾ ਜਿਹੜਾ ਹੈਗਾ ਉਹਨੇ ਕੁਝ ਵੀ ਖਾਧਾ ਪੀਤਾ ਨਹੀਂ ਹੈ। ਵੀਰਵਾਰ ਗੱਲ ਗੱਲ ਕੀਤੀ ਜਾਵੇ ਤਾਂ 4:30 ਤੋਂ ਪਹਿਲਾਂ 2 ਬੱਚੇ ਨੇ ਸਿਰਫ ਕੁਛ ਸਮੇਂ ਲਈ ਦੁੱਧ ਪੀਤਾ ਸੀਗਾ, ਥੋੜ੍ਹਾ ਦੁੱਧ ਪੀਤਾ ਸੀਗਾ ਕੁਛ ਕੁਆਂਟਿਟੀ 'ਚ। ਉਸ ਤੋਂ ਬਾਅਦ ਜਦਾ ਬੱਚਾ ਬਹੁਤ ਅੱਛਾ ਵੀਰਵਾਰ ਸ਼ਾਮ 4:30 ਤੋਂ ਬਿਲਕੁਲ ਹੀ ਭੁੱਖਾ ਪਿਆਸਾ ਹੈ ਅਤੇ ਅਸੀਂ ਐਨਡੀਆਰਐਫ ਦੀ ਟੀਮ ਨੇ ਗੱਲ ਕੀਤੀ ਕਿ ਉਹਨੂੰ ਨਹੀਂ ਪਹੁੰਚਾਇਆ ਗਿਆ ਲਿਕੁਅਡ ਡਾਈਟ ਵਗੈਰਾ। ਜਿਵੇਂ ਕਈ ਕੇਸਿਸ ਅਸੀਂ ਦੇਖਦੇ ਹਾਂ ਕਿ ਪਾਈਪ ਦੇ ਰਾਹੀਂ ਲਿਕੁਅਡ ਡਾਈਟ ਦਿੱਤੀ ਜਾਂਦੀ ਹੈ, ਐਨਡੀਆਰਐਫ ਦੀ ਟੀਮ ਨੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਕੋਸ਼ਿਸ਼ ਕੀਤੀ ਗਈ ਸੀ, ਸ਼ੁੱਕਰਵਾਰ ਵੀ ਕੋਸ਼ਿਸ਼ ਕੀਤੀ ਗਈ ਸ਼ਾਮ ਨੂੰ ਕਿ ਪਾਈਪ ਦੇ ਰਾਹੀਂ ਲਿਕੁਅਡ ਡਾਈਟ ਪਹੁੰਚਾਈ ਜਾ ਸਕੇ, ਲੇਕਿਨ ਕਹਿਣਾ ਹੈ ਕਿ ਬੱਚੇ ਦੀ ਜਿਹੜੀ ਬੋਡੀ ਦੀ ਪੋਜੀਸ਼ਨ ਹੈ ਬੋਲ ਵੈਲ ਇੰਨਾ ਟਾਈਟ ਹੈ, ਬੱਚਾ ਇਸ ਤਰ੍ਹਾਂ ਵਿੱਚ ਫਸਿਆ ਹੋਇਆ ਕਿ ਬੱਚੇ ਦੇ ਸਿਰਫ ਹੱਥ ਉੱਤੇ ਨੇ ਅਤੇ ਮੂੰਹ ਨੀਚੇ ਹੈ ਅਤੇ ਈਵਨ ਐਂਕਰ ਪਾ ਕੇ ਵੀ ਕੱਠ ਲਗਾ ਕੇ ਵੀ ਇੱਕ ਰੱਸੀ ਦੀ ਕਿਸੇ ਟੈਕਨੀਕ ਨਾਲ ਬੱਚੇ ਨੂੰ ਉੱਤੇ ਖਿੱਚਣ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਸ ਵਿੱਚ ਕਾਮਯਾਬੀ ਨਹੀਂ ਮਿਲ ਸਕੀ। 2-3 ਵਾਰੀ ਕੋਸ਼ਿਸ਼ ਕੀਤੀ ਗਈ ਅਤੇ ਫਿਰ ਜਿਹੜਾ ਪਹਿਲਾਂ ਬਿਲਕੁਲ ਆਖਰੀ ਪੱਧਰ 'ਤੇ ਪੁੱਜ ਚੁੱਕਿਆ ਹੈ। ਐਨਡੀਆਰਐਫ ਦੀ ਟੀਮਾਂ ਦਾ ਇਹ ਕਹਿਣਾ ਹੈ ਕਿ ਆਖਰੀ ਪੱਧਰ 'ਤੇ ਹੈ ਰੈਸਕਿਊ ਆਪਰੇਸ਼ਨ ਜਿਹੜਾ ਹੈਗਾ, ਆਖਰੀ ਪੱਧਰ 'ਤੇ ਹੈਗਾ ਅਤੇ ਬਿਲਕੁਲ ਕੁਛ ਹੀ ਸਮੇਂ ਵਿੱਚ ਸਾਦੇ ਵੀ ਹੈਗਾ ਜਾਵੇਗਾ ਅਤੇ ਉਹਨੂੰ ਟੈਸਟ ਕੀਤਾ ਜਾਏਗਾ, ਉਹਨੂੰ ਰਿਵਾਈਵ ਕੀਤਾ ਜਾਏਗਾ। ਬਾਰ ਬਾਰ ਦੱਸੋਗੇ ਸਾਰਾ ਏਅਰ ਵੀ ਨਿਊਜ਼ ਟੀਮ ਜਿਹੜੀ ਹੈਗੀ ਹੈ ਪਲ ਪਲ ਦੀ ਅਪਡੇਟ ਸ਼ੁਰੂ ਤੋਂ ਵੀਰਵਾਰ ਤੋਂ ਤੁਹਾਡੇ ਨਾਲ ਸ਼ੇਅਰ ਕਰੀਏ ਜਾ ਰਹੀ ਹੈ ਦਰਸ਼ਕਾਂ ਨੂੰ ਅਤੇ ਅਸੀਂ ਦਰਸ਼ਕਾਂ ਨੂੰ ਦੱਸੀਏ ਕਿ ਅਸੀਂ ਇਹੀ ਅਪੀਲ ਕਰਦੇ ਹਾਂ ਦਰਸ਼ਕਾਂ ਅੱਗੇ ਵੀ ਕਿ ਰੱਬ ਅੱਗੇ ਅਰਦਾਸ ਕਰੋ, ਜਿਸ ਵੀ ਰੱਬ ਨੂੰ ਮੰਨਦੇ ਨੇ ਪਰਮਾਤਮਾ ਨੂੰ ਮੰਨਦੇ ਉਹਨਾਂ ਦੀ ਅਰਦਾਸ ਹੈ। ਲੋਕਾਂ ਦਾ ਬੱਚਾ ਜਿਹੜਾ ਬਹੁਤ ਜ਼ਿੰਦਗੀ ਦੇ ਦਰਮਿਆਨ ਜੰਗ ਲੜ ਰਿਹਾ ਹੈ, ਸਹੀ ਸਲਾਮਤ ਹੋਵੇ ਤਾਂ ਕਿ ਜੋ ਮੇਰੀ ਟੀਮ ਹੈ ਉਹਨੂੰ ਰਿਵਾਈਵ ਕਰ ਸਕੇ, ਉਹਦੀ ਰਿਵਾਈਵ ਕਰ ਸਕੇ। ਤਾਂ ਬਹੁਤ ਜ਼ਿਆਦਾ ਮਿਹਨਤ ਕੀਤੀ ਜਾ ਰਹੀ ਹੈ ਅਲੱਗ ਅਲੱਗ ਐਨ ਜੀ ਓਜ਼ ਵੱਲੋਂ ਅਤੇ ਐਨਡੀਆਰਐਫ ਟੀਮ ਵੱਲੋਂ, ਪ੍ਰਸ਼ਾਸਨ ਵੱਲੋਂ ਅਤੇ ਉਹ ਸਫਲ ਹੋ ਸਕੇ ਔਰ ਬੱਚਾ। ਇਹ ਵੀ ਦੱਸਦੀ ਹੈ ਕਿ ਬੜਾ ਇੱਕ ਸੇਫਟੀ ਵਾਲਾ ਪੁਆਇੰਟ ਇੱਥੇ ਵੀ ਜੁੜ ਜਾਂਦਾ ਹੈਗਾ ਹੈ ਕਿ ਜਿਹੜਾ ਬੱਚਾ ਹੈਗਾ ਉਹ ਮਾਂ ਸਾਲ ਤੋਂ ਬਾਅਦ ਹੋਇਆ ਸੀਗਾ, ਇਕਲੌਤਾ ਬੱਚਾ ਹੈ ਮਾਂ ਬਾਪ ਦਾ। ਅਤੇ ਇਹ ਵੀ ਦਰਸ਼ਕਾਂ ਨੂੰ ਦੱਸਦੀ ਕਿ ਬੱਚਾ 2 ਦਾ ਵੀ ਅਜੇ ਨਹੀਂ ਹੈ, ਕੱਲ੍ਹ ਬੱਚਾ 2 ਦਾ ਹੋ ਕਰ ਰਿਹਾ ਹੈ ਅਤੇ ਇਹਦੀ ਅਰਦਾਸ ਰਿਵਾਈਵ ਠੀਕ ਤਰ੍ਹਾਂ ਹੋ ਸਕੇ ਤਾਂ ਕਿ ਬੱਚਾ ਜਿਹੜਾ ਹੈ ਮਾਂ ਬਾਪ ਦਾ ਜਿਹੜਾ ਪਰਿਵਾਰ ਹੈ ਬੇਸ ਬੁੱਧ ਪਿਆ ਹੋਇਆ ਹੈ। ਜਿਵੇਂ ਸਮਾਂ ਕੀਤਾ ਜਾ ਰਿਹਾ ਹੈ ਕਿ 70 ਧੱਕੇ ਦਾ ਸਮਾਂ ਉਹ ਅੱਗੇ
ਮੁੱਖਾ ਕੱਢਿਆ ਹੈ ਜੇ ਲੋਕੀ ਹੈ ਤੁਸੀਂ ਸਮਝ ਸਕਦੇ ਹੋ ਜੇ ਲੋਕ ਪੂਰੇ ਇਕੱਠੇ ਹੋਏ ਨੇ ਉਹਨਾਂ ਦਾ ਸਮਾਂ ਕੋਈ ਸਿੱਖਾ ਲੰਘ ਰਿਹਾ ਅਤੇ ਜਿਹੜੇ ਪਰਿਵਾਰ ਜਨ ਹੈਗੇ ਨੇ ਪਤਵੇਂ ਸਵਾਗਤ ਉਹਨਾਂ ਦੇ ਕੀ ਬੀਤਰੀ ਹੋਏਗੀ ਇਸ ਦਾ ਹਰ ਕੋਈ ਅਹੁਦਾ ਨਿਕਾਸ ਹੁੰਦਾ ਹੈਗਾ ਅਤੇ ਜਿਵੇਂ ਹੀ ਕੋਈ ਅਪਡੇਟ ਹੋਰ ਆਉਂਦੀ ਹੈ ਬੱਚੇ ਜਿਵੇਂ ਹੀ ਬਾਤ ਪੈ ਜਾਂਦਾ ਅਸੀਂ ਦਰਸ਼ਕਾਂ ਦੇ ਨਾਲ ਫਿਰ ਲਾਈਵ ਜੁੜਾਂਗੇ ਦਰਸ਼ਕਾਂ ਨੂੰ ਦੱਸਾਂਗੇ ਔਰ ਤਸਵੀਰਾਂ ਦਿਖਾਵਾਂਗੇ ਇੱਥੇ ਦੀਆਂ ਔਰ ਬੱਚਿਆਂ ਨੂੰ ਜਿੱਥੇ ਵੀ ਟੈਸਟ ਕਰਨ ਲਈ ਲਿਜਾਇਆ ਜਾਵੇਗਾ ਇਹ ਵੀ ਅਪਡੇਟ ਹੋ ਜਾਵੇਗੀ ਏਅਰਬੀ ਅਸੀਂ ਏਅਰਬੀ ਨਿਊਜ਼ ਚੈਨਲ ਦੇ ਰਾਹੀਂ ਇਹੀ ਦਰਸ਼ਕਾਂ ਨੂੰ ਕਹਿ ਰਹੇ ਹੈਗੇ ਹੈ ਕਿ ਰੱਬ ਦੇ ਅੱਗੇ ਅਰਦਾਸ ਕਰੋ ਰੱਬ ਦੇ ਅੱਗੇ ਅਰਦਾਸ ਕਰੋ ਰੱਬ ਦੇ ਅੱਗੇ ਅਰਦਾਸ ਰੱਬ ਦੇ ਅੱਗੇ ਅਰਦਾਸ ਕਰੋ ਇਸ ਸਮਾਂ ਕਿ ਜਿਹੜਾ ਬੱਚਾ ਹੈ ਉਹ ਸਹੀ ਸਲਾਮਤ ਬਾਹਰ ਕੱਢਿਆ ਜਾ ਸਕੇ ਕੈਮਰਾਮੈਨ ਸਤਿ ਸ਼੍ਰੀ ਅਕਾਲ ਦੇ ਨਾਲ ਅੰਕੁਸ਼ ਕੋਹਲੀ ਏਐਨਪੀ ਨਿਊਜ਼ ਦਰਮਿਆਨ ਦਾ ਬੋਲਰ ਸੀ ਉਹ ਓਪਨ ਰੱਖਿਆ ਗਿਆ ਸੀਗਾ ਪਰ ਜਿਹੜਾ ਇਹ ਪਰਿਵਾਰ ਹੈਗਾ